ਕੇਤੀ ਕਾਨੂੰਨਾਂ ਦਾ ਗੁੰਗਾਨ ਕਰਨ ਵਾਲੀ ਮੋਦੀ ਸਰਕਾਰ ਦੇ ਉੜੀਸਾ ਤੋਂ ਇੱਕ ਵਿਧਾਇਕ ਵੱਲੋਂ ਕਿਸਾਨਾਂ ਦੇ ਕੁਝ ਮੁੱਦਿਆਂ ਨੂੰ ਲੈ ਕੇ ਬੀਜੂ ਜਨਤਾ ਦਲ ਦੀ ਸਰਕਾਰ ਤੇ ਅਣਦੇਖੀ ਕਰਨ ਕਰਕੇ ਉਤੋਂ ਦੀ ਵਿਧਾਨ ਸਭਾ ਚ ਸੈਨੀਟਾਈਜ਼ਰ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੇਵਗੜ ਹਲਕੇ ਤੋਂ ਵਿਧਾਇਕ ਸੁਭਾਚੰਦਰ ਪਾਣੀਗ੍ਰਹੀ ਸਦਨ ਵਿੱਚ ਜਦੋਂ ਸੈਨੀਟਾਈਜ਼ਰ ਪੀਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਉਸ ਵੇਲੇ ਖੁਰਾਕ ਸਪਲਾਈ ਅਤੇ ਖਪਤਕਾਰ ਭਲਾਈ ਮੰਤਰੀ ਰਣਿੰਦਰ ਪ੍ਰਤਾਪ ਸਬੈਨ ਚੋਨੇ ਦੀ ਖਰੀਦ ਦੇ ਮੁੱਦਿਆਂ ਤੇ ਸਦਨ ਚ ਜਵਾਬ ਦੇ ਰਹੇ ਸਨ। ਸੰਸਦੀ ਮਾਮਲੇ ਮਾਰੇ ਮੰਤਰੀ ਵਿਕਰਮ ਕੇਸ਼ਰੀ ਅਰੂਖਾ ਤੇ ਹੋਰਨਾਂ ਵਿਧਾਇਕਾਂ ਨੇ ਸੁਭਾਚੰਦਰ ਨੂੰ ਸੈਨੀਟਾਈਜ਼ਰ ਪੀਂਦਿਆਂ ਵੇਖਿਆ ਤੇ ਉਸ ਨੂੰ ਪੀਣ ਤੋਂ ਰੋਕਿਆ ਤੇ ਉਸ ਕੋਲੋਂ ਜ਼ਹਿਰੀਲੀ ਸਮਗਰੀ ਖੋ ਲਈ ਮਗਰੋਂ ਪਣੀ ਰਹੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਸੈਨੀਟਾਈਜ਼ਰ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਇਸ ਕਰਕੇ ਕੀਤੀ ਕਿਉਂਕਿ ਸੂਬਾ ਸਰਕਾਰ ਵੱਲੋਂ ਹੋਰ ਕੋਈ ਰਾਹ ਨਹੀਂ ਛੱਡਿਆ ਗਿਆ ਹਾਲਾਂਕਿ ਜ਼ਦਨ ਚ ਕਿਸਾਨਾਂ ਦਾ ਮੁੱਦਾ ਬਾਰ-ਬਾਰ ਉਠਾਇਆ ਗਿਆ ਸੀ ਪਰ ਸੂਬਾ ਸਰਕਾਰ ਨੇ ਕਿਸਾਨਾਂ ਦੀ ਦੁਰਦਸ਼ਾ ਵੱਲ ਧਿਆਨ ਨਹੀਂ ਦਿੱਤਾ ਸੁਭਾਜ ਨੇ ਦੋਸ਼ ਲਾਇਆ ਕਿ ਸਰਕਾਰ ਮੰਡੀਆਂ ਤੇ ਟੋਕਨ ਤੰਤੇ ਦੁਰਵਰਤੋਂ ਜੇ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰਨ 'ਚ ਅਸਫਲ ਰਹੀ ਹੈ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਪਾਜਪਾ ਵਿਧਾਇਕਾਂ ਨੇ ਸੁਭਾ ਸਰਕਾਰ ਤੇ ਦਬਾਅ ਬਣਾਉਣ ਲਈ ਆਤਮ ਹੱਤਿਆ ਕਰਨ ਦੀ ਧਮਕੀ ਦਿੱਤੀ ਸੀ ਅਤੇ ਬਜਟ ਸੈਸ਼ਨ ਦੇ ਪਹਿਲੇ ਪੜਾਅ ਦੌਰਾਨ ਉਸ ਨੇ ਸਦਨ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਸੀ ਤੇ ਨਾਲ ਹੀ ਖੁਦ ਨੂੰ ਅੱਗ ਲਾਉਣ ਦੀ ਧਮਕੀ ਵੀ ਦਿੱਤੀ ਸੀ